ਧਰਤੀ ਤੇ ਗਲੋਬਲ ਵਾਰਮਿੰਗ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ ਜੋ ਕੋਈ ਵੱਡੀ ਚਿੰਤਾ ਦਾ ਵਿਸ਼ਾ ਹੈ ਤੇ ਜੇਕਰ ਇਸ ਗਲੋਬਲ ਵਾਰਮਿੰਗ ਦੇ ਖਤਰੇ ਤੋਂ ਨਿਪਟਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਪੈਣਗੇ ਤਾਂ ਤੁਸੀਂ ਦੇਖ ਸਕਦੇ ਹੋ ਡੀਸੀਪੀ ਪਰਮਿੰਦਰ ਸਿੰਘ ਪੰਡਾਲ ਵੱਲੋਂ ਬੂਟੇ ਲਗਾਉਣ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਉਹ ਦੱਸਿਆ ਜਾ ਰਿਹਾ ਵੀ ਅੰਮ੍ਰਿਤਸਰ ਦੇ ਜਿੰਨੇ ਵੀ ਥਾਣੇ ਨੇ ਉੱਥੇ ਇਹ ਬੂਟੇ ਲਗਾਏ ਜਾਣਗੇ ਅੱਜ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਬੂਟੇ ਲਾਉਣ ਵਾਲੇ ਹੱਥ ਘੱਟ ਨੇ ਤੇ ਵੱਢਣ ਵਾਲੇ ਹੱਥ ਜਿਹੜੇ ਨੇ ਉਹ ਜ਼ਿਆਦਾ ਨੇ ਇਸ ਕਰਕੇ ਲਗਾਤਾਰ ਸਮੇਂ ਦੀ ਵੀ ਇਹੀ ਮੰਗ ਹੈ ਵੀ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਜੋ ਵਾਤਾਵਰਨ ਜਿਹੜਾ ਲਗਾਤਾਰ ਗੰਦਲਾ ਹੋ ਰਿਹਾ ਦੂਸ਼ਿਤ ਹੋ ਰਿਹਾ ਤੇ ਗਲੋਬਲ ਵਾਰਮਿੰਗ ਦਾ ਖਤਰਾ ਜਿਹੜਾ ਵੱਧਦਾ ਜਾ ਰਿਹਾ ਉਸ ਤੋਂ ਛੁਟਕਾਰਾ ਮਿਲ ਸਕੇ ਤਾਂ ਤੁਸੀਂ ਦੇਖ ਸਕਦੇ ਹੋ ਡੀਸੀਪੀ ਪਰਮਿੰਦਰ ਸਿੰਘ ਪੰਡਾਲ ਵੱਲੋਂ ਇਹ ਬੂਟੇ ਲਗਾਉਣ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਜਾ ਰਹੀ ਹੈ ਕਿਉਂਕਿ 5 ਤਰੀਕ ਨੂੰ ਵਾਤਾਵਰਨ ਦਿਵਸ ਵੀ ਜਿਹੜਾ ਮਨਾਇਆ ਗਿਆ ਸੀਗਾ ਤਾਂ ਇਹੀ ਲੋਕਾਂ ਨੂੰ ਖਾਸ ਕਰਕੇ ਅਪੀਲ ਆ ਵੀ ਬੂਟੇ ਜ਼ਰੂਰ ਲਗਾਏ ਜਾਣ ਕਿਉਂਕਿ ਬੂਟੇ ਜਿਹੜੇ ਨੇ ਉਹ ਇੱਕ ਤਾਂ ਵਾਤਾਵਰਨ ਸ਼ੁੱਧ ਕਰਦੇ ਨੇ ਤੇ ਦੂਜੇ ਪਾਸੇ ਜਿਹੜਾ ਗਲੋਬਲ ਵਾਰਮਿੰਗ ਦਾ ਖਤਰਾ ਲਗਾਤਾਰ ਉਹ ਘਟਾਉਂਦੇ ਨੇ ਤਾਂ ਗੱਲਬਾਤ ਵੀ ਕਰ ਲੈਣੇ ਡੀਸੀਪੀ ਪਰਮਿੰਦਰ ਸਿੰਘ ਪੰਡਾਲ ਨਾਲ ਸਾਹਿਬ ਕੀ ਕਹੋਗੇ ਜੋ ਫਰੈਂਡਸ ਕਲੱਬ ਵੱਲੋਂ ਇਹ ਇਨੀਸ਼ੀਏਟਿਵ ਲਿਆ ਗਿਆ ਅੱਜ ਜਿਹੜੀ ਲੋਕਲ ਸੰਸਥਾ ਜਿਹਦੇ 'ਚ ਗਿੰਨੀ ਭਾਟੀਆ ਜੀ ਨਾਲ ਇਹਨਾਂ ਦੀ ਆਪਣੀ ਜਿਹੜੀ ਇਹਨਾਂ ਦੀ ਟੀਮ ਆ ਇਹਨਾਂ ਨੇ ਅੱਜ ਜਿਹੜੇ ਸ਼ੁਰੂਆਤ ਕੀਤੀ ਆ ਸਾਡੇ ਦਫ਼ਤਰ ਤੋਂ ਔਰ ਇਹ ਇਸੇ ਤਰ੍ਹਾਂ ਹੀ ਸਾਡੇ ਜਿੰਨੇ ਵੀ ਸਾਡੇ ਪੁਲਿਸ ਸਟੇਸ਼ਨ ਸਾਡੇ ਆਫੀਸਰਾਂ ਦੇ ਆਫਿਸ ਦਫ਼ਤਰ ਨੇ ਔਰ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਚੌਂਕੀਆਂ ਇਹਨਾਂ ਸਾਰੀਆਂ ਦੇ ਉੱਤੇ ਅਸੀਂ ਲਵਾਵਾਂਗੇ ਜਿੱਥੇ ਜਿੱਥੇ ਲੋੜ ਆ ਬੂਟਿਆਂ ਦੀ ਔਰ ਇਹ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਸ਼ਹਿਰ ਦੇ ਵਿੱਚ ਹਰ ਬੰਦਾ ਇੱਕ ਇੱਕ ਜ਼ਰੂਰ ਬੂਟਾ ਲਾਵੇ ਜਿਹਦੇ ਨਾਲ ਜਿੰਨੀ ਜ਼ਿਆਦਾ ਗ੍ਰੀਨਰੀ ਹੋਊਗੀ ਧੁੱਪ ਜ਼ਿਆਦਾ ਪੈ ਰਹੀ ਆ ਛਾਂ ਹੋਣੀ ਚਾਹੀਦੀ ਆ ਔਰ ਇਹ ਸਾਨੂੰ ਆਉਣ ਵਾਲੇ ਟਾਈਮ 'ਤੇ ਸਾਡੇ ਬੱਚਿਆਂ ਨੂੰ ਬਹੁਤ ਜ਼ਰੂਰਤ ਆ ਗਲੋਬਲ ਵਾਰਮਿੰਗ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹਰ ਸਾਲ ਤਾਪਮਾਨ ਵੱਧ ਰਿਹਾ ਜੀ ਤੇ ਕਿਆ ਸਮਝਦੇ ਹੋ ਵੀ ਬੂਟੇ ਲਗਾਉਣ ਵਾਲੇ ਹੱਥ ਜਿਹੜੇ ਉਹ ਘਟਦੇ ਜਾ ਰਹੇ ਨੇ ਬਿਲਕੁਲ ਮੈਂ ਉਹੀ ਦੱਸ ਰਿਹਾ ਵੀ ਹਰ ਬੰਦਾ ਜਿਹੜਾ ਆ ਜੇ ਇੱਕ ਇੱਕ ਬੱਚਾ ਵੀ ਕਰਦਾ ਜਿਹੜਾ ਇੱਕ ਇੱਕ ਬੂਟਾ ਵੀ ਲਾਉਣ ਤੇ ਉਹਦੇ ਨਾਲ ਸਾਰਿਆਂ ਦਾ ਫਰਕ ਪਊਗਾ ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇਹਦੀ ਬਹੁਤ ਜ਼ਰੂਰਤ ਆ ਔਰ ਇਹ ਜਿਹੜੀਆਂ ਸੰਸਥਾ ਇਦਾਂ ਕੰਮ ਕਰ ਰਹੀਆਂ ਬੜਾ ਸ਼ਲਾਘਾਯੋਗ ਆ ਔਰ ਮੈਂ ਇਹਦੇ 'ਚ ਮੁਬਾਰਕਬਾਦ ਦਿੰਦਾ ਗਿੰਨੀ ਭਾਟੀ ਜੀ ਨੂੰ ਵੀ ਤਕੜੇ ਹੋ ਕੇ ਹੋਰ ਵੀ ਪੂਰੇ ਸ਼ਹਿਰ ਦੇ ਵਿੱਚ ਇਦਾਂ ਅਲੱਗ ਅਲੱਗ ਪਿੰਟਾਂ ਦੇ ਬੂਟੇ ਲਾਓ ਬੂਟੇ ਲਗਾਉਣੇ ਤਾਂ ਸੌਖੇ ਆ ਇਹਨੇ ਸਾਂਭ ਸੰਭਾਲ ਜਿਹੜੀ ਕਰਨੀ ਬੜੀ ਔਖੀ ਹੈ ਉਹਦੇ ਬਾਰੇ ਕੀ ਕਹੋ ਬਿਲਕੁਲ ਜੀ ਅਸੀਂ ਤਾਂ ਪੂਰੀ ਸਾਂਭ ਸੰਭਾਲ ਕਰਾਂਗੇ ਅੱਜ ਸਾਡੇ ਤੁਸੀਂ ਦੇਖਿਆ ਬੂਟੇ ਜਿਹੜੇ ਆਏ ਆ ਇਹਨਾਂ ਨੂੰ ਅਸੀਂ ਇਸ ਤੋਂ ਪਹਿਲਾਂ ਵੀ ਤੁਸੀਂ ਸਾਡੇ ਦੇਖੋ ਆਲੇ ਦੁਆਲੇ ਤੁਸੀਂ ਆਪਣਾ ਕੈਮਰਾ ਮਾਰ ਕੇ ਦੇਖੋ ਸਾਡੇ ਪੂਰੀ ਇੱਥੇ ਬੂਟੇ ਲੱਗੇ ਨੇ ਲੇਕਿਨ ਅੱਜ ਹੋਰ ਇਹਦੇ ਵਿੱਚ ਐਡ ਕਰਕੇ ਜਿਹੜੀ ਆ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਾਡੇ ਇੱਥੋਂ ਲੋਕ ਆਉਂਦੇ ਨੇ ਕਿਉਂਕਿ ਸਾਰਾ ਸ਼ਹਿਰ ਤੇ ਸਾਡੇ ਕੋਲ ਆਉਂਦਾ ਹੀ ਜਾਂਦਾ ਇਦਾਂ ਦੀ ਗ੍ਰੀਨਰੀ ਦੇਖ ਕੇ ਹੋਰ ਵੀ ਥਾਂ ਤੇ ਆਪਣੇ ਘਰਾਂ ਦੇ ਜਾ ਕੇ ਲਾਉਣ ਸੋਸਾਇਟੀ ਨੂੰ ਕੀ ਖਾਸ ਮੈਸੇਜ ਦੇਣਾ ਚਾਹੋਗੇ ਇਹੀ ਮੈਸੇਜ ਮੇਰਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਸਾਡੇ ਇਸ ਸ਼ਹਿਰ ਦੇ ਵਿੱਚ ਗੁਰੂ ਦੀ ਨਗਰੀ ਵਿੱਚ ਸਾਰੇ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਆ ਮੱਥਾ ਟੇਕਣ ਵਾਸਤੇ ਮੰਦਿਰ ਗੁਰਦੁਆਰੇ ਸਾਹਿਬ ਤੇ ਇਸ ਕਰਕੇ ਸਾਨੂੰ ਇਸ ਸ਼ਹਿਰ ਨੂੰ ਪੂਰਾ ਸਾਫ਼ ਸੁਥਰਾ ਰੱਖੀਏ ਔਰ ਵੱਧ ਤੋਂ ਵੱਧ ਇਹਨੂੰ ਗ੍ਰੀਨਰੀ ਬਣਾਈਏ ਇਸ ਸ਼ਹਿਰ ਦੀ ਧੰਨਵਾਦ ਜੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਜਿਹੜਾ ਸਾਰਿਆਂ ਦਾ ਫਰਜ਼ ਬਣਦਾ ਔਰ ਜਿਹੜਾ ਅੱਜ ਡੀਸੀਪੀ ਪਰਮਿੰਦਰ ਸਿੰਘ ਪੰਡਾਲ ਵੱਲੋਂ ਇੱਕ ਸ਼ੁਰੂਆਤ ਕੀਤੀ ਗਈ ਹੈ ਤਾਂ ਗੱਲਬਾਤ ਕਰ ਲੈਣੇ ਫਰੈਂਡਸ ਕਲੱਬ ਦੇ ਪ੍ਰਧਾਨ ਗਿੰਨੀ ਭਾਟੀਆਂ ਨੇ ਪੜੀ ਜੀ ਕਿੱਥੋਂ ਆਈਡੀਆ ਆਇਆ ਤੁਹਾਡੇ ਦਿਮਾਗ ਵਿੱਚ ਵੀ ਬੂਟੇ ਲਗਾਏ ਜਾਣ ਔਰ ਸ਼ੁਰੂਆਤ ਜਿਹੜੀ ਡੀਸੀਪੀ ਆਫਿਸ ਤੋਂ ਕੀਤੀ ਗਈ ਹੈ ਔਰ ਅਗਲਾ ਆਉਣ ਵਾਲਾ ਜਿਹੜਾ ਇਨੀਸ਼ੀਏਟਿਵ ਕੀ ਲਿਆ ਜਾਣਾ ਅੱਜ ਸਹੀ ਮੰਨੇ ਦੇ ਵਿੱਚ 3 ਜੂਨ ਨੂੰ ਜਨਮ ਦਿਨ ਹੁੰਦਾ ਮੇਰਾ ਸਾਹਿਬ ਦੇ ਨਾਲ ਮੈਂ ਉਹਨਾਂ ਨਾਲ ਡਿਸਕਸ ਕੀਤਾ ਕਿ ਇਸ ਤਰ੍ਹਾਂ ਸਰ ਉਹਨਾਂ ਨੇ ਵਧਾਈ ਦਿੱਤੀ ਜਨਮ ਦਿਨ ਦੀ ਅਤੇ ਮੈਂ ਉਹਨਾਂ ਨਾਲ ਗੱਲ ਕੀਤੀ ਸਰ ਅਸੀਂ ਕੀ ਕਰਨਾ ਚਾਹੁੰਦੇ ਹਾਂ ਅਸੀਂ ਕੀ ਕਰੀਏ ਇਹਦੇ 'ਚ ਉਹਨਾਂ ਨੇ ਕਿਹਾ ਕਿ ਸਭ ਤੋਂ ਜ਼ਰੂਰੀ ਹੈ ਕਿ ਇੱਕ ਪੌਦਾ ਜ਼ਰੂਰ ਲਗਾਓ ਔਰ ਇੱਕ ਪੌਦੇ ਦੀ ਗੱਲ ਹੋਈ ਤਾਂ ਮਨ 'ਚ ਆਇਆ ਕਿ ਪਰਿਆਵਰਨ ਦਾ ਧਿਆਨ ਰੱਖਦੇ ਹਾਂ ਫਰੈਂਡਸ ਕਲੱਬ ਵੱਲੋਂ ਮੈਂ ਔਰ ਮੇਰੇ ਜਨਰਲ ਸੈਕਟਰੀ ਆਸ਼ੀਸ਼ ਮਹਾਜਨ ਅਸੀਂ ਸਾਰੇ ਇਕੱਠੇ ਹੋ ਕੇ ਸਾਰੀ ਟੀਮ ਹੀ ਸਾਡੀ ਹੈਗੀ ਹੈ ਕਿਉਂਕਿ ਮੌਕੇ 'ਤੇ ਟੀਮ ਸਾਰੀ ਇਕੱਠੀ ਨਹੀਂ ਕਿਸੇ ਟਾਈਮ ਹੋ ਪਾਉਂਦੀ ਹੈ ਟਾਈਮ ਇਸ ਟਾਈਮ ਮਿਲਿਆ ਸਾਨੂੰ ਅਸੀਂ ਸਰ ਕੋਲ ਆਏ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਅੱਜ ਅਸੀਂ ਇੱਥੇ ਪਾਮ ਜਿਹੜੇ ਬੂਟੇ ਆ ਉਹਨਾਂ ਤੋਂ ਸ਼ੁਰੂਆਤ ਕੀਤੀ ਹੈ ਲਗਾਉਣ ਦੀ ਉਹਨਾਂ ਨਾਲ ਸਾਡੀ ਡਿਸਕਸ਼ਨ ਹੋਈ ਕਿ ਸਾਰੇ ਜਿੰਨੇ ਵੀ ਆਪਣੇ ਥਾਣੇ ਆ ਸਾਰੇ ਥਾਣਿਆਂ 'ਚ ਅਸੀਂ ਇਹਨੂੰ ਅਸੀਂ ਲਗਾਈਏ ਤਾਂ ਜੋ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਕਸੀਜਨ ਜੋ ਪਰਿਆਵਰਨ ਅੱਛਾ ਪਰਿਆਵਰਨ ਮਿਲੇ ਔਰ ਖੁਸ਼ਹਾਲੀ ਮਿਲੇ ਔਰ ਲੋਕ ਆਕਸੀਜਨ ਦੀ ਜਿਹੜੀ ਹੈ ਨਾ ਜਿਹੜੀ ਪਿੱਛੇ ਕਮੀ ਸੀ ਪਹਿਲਾਂ ਉਹਨੂੰ ਵੀ ਇਹ ਜਿਹੜੇ ਬੂਟੇ ਪੂਰੇ ਕਰਦੇ ਆ ਤਾਂ ਜੋ ਅਸੀਂ ਇਸ ਲਗਾਵਾਂਗੇ ਅਤੇ ਹਰ ਬੰਦੇ ਲਈ ਇਹ ਚੀਜ਼ ਬੜੀ ਜ਼ਰੂਰੀ ਹੈ ਹੁਣ ਦੇਖਣ ਵਿੱਚ ਆ ਰਿਹਾ ਵੀ ਵੱਢਣ ਵਾਲੇ ਹੱਥ ਦੇ ਜ਼ਿਆਦਾ ਹੋ ਗਏ ਬੂਟੇ ਕਿਉਂਕਿ ਬ੍ਰਿਕਸ਼ ਵੱਢੀ ਜਾਂਦੇ ਲੋਕ ਅਤੇ ਲਾਉਣ ਵਾਲੇ ਘੱਟ ਨੇ ਅਤੇ ਕਿਸ ਤਰ੍ਹਾਂ ਇਹ ਬੈਲੈਂਸ ਹੋ ਪਾਏਗਾ ਦੇਖੋ ਅਸੀਂ ਕਿੰਨੀ ਜਨਸੰਖਿਆ ਸਾਡੇ ਇੰਡੀਆ ਦੀ ਜਾਂ ਪੰਜਾਬ ਦੀ ਜਾਂ ਅੰਮ੍ਰਿਤਸਰ ਦੀ ਅਗਰ ਇੱਕ ਜਣਾ ਇੱਕ ਬੂਟਾ ਵੀ ਲਗਾਉਂਦਾ ਨਾ ਤਾਂ ਲਾਉਣ ਵਾਲਿਆਂ ਦੀ ਕਮੀ ਹੋ ਜਾਏਗੀ ਅਤੇ ਲਗਾਉਣ ਵਾਲਿਆਂ ਦਾ ਵਾਧਾ ਜ਼ਿਆਦਾ ਹੋ ਜਾਏਗਾ ਔਰ ਜਿਹੜੇ ਬੂਟੇ ਦੇਖ ਕੇ ਲਗਾਓ ਜਿਹੜੇ ਪੌਦੇ ਵੱਡੇ ਹੋਣੇ ਆ ਵਰਿਕਸ਼ ਬੰਨਾ ਤਾਂ ਜੋ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਛਾਂ ਵੀ ਦੇ ਸਕਣ ਔਰ ਆਕਸੀਜਨ ਵੀ ਦੇ ਕਿੰਨਾ ਕੁ ਟੀਚਾ ਮਿੱਥਿਆ ਜਿਹੜੇ ਤੁਸੀਂ ਬੂਟੇ ਲਾਉਣ ਦੀ ਸ਼ੁਰੂਆਤ ਅੱਜ ਕਰਤੀ ਕਿੰਨੇ ਬੂਟੇ ਲਵਾਏ ਜਾਣੇ ਅਸੀਂ ਅੱਜ ਸ਼ੁਰੂਆਤ ਕੀਤੀ ਹੈ ਡੀਸੀਪੀ ਸਾਹਿਬ ਕੋਲੋਂ ਡੀਸੀਪੀ ਸਾਹਿਬ ਪੰਡਾਲ ਸਾਹਿਬ ਕੋਲੋਂ ਉਹਨਾਂ ਦੇ ਦਫ਼ਤਰ ਤੋਂ ਅਤੇ ਉਹਨਾਂ ਕੋਲੋਂ ਪੁੱਛ ਕੇ ਅਸੀਂ ਉਸ ਤੋਂ ਬਾਅਦ ਜਿੰਨੇ ਵੀ ਥਾਣੇ ਆ ਸਾਰੇ ਥਾਣਿਆਂ 'ਚ ਅਸੀਂ ਇਹ ਜਿਹੜੇ ਵਾਲੇ ਅੱਛੇ ਜਿਹੜੇ ਪੌਦੇ ਜਿਹੜੇ ਆਕਸੀਜਨ ਜ਼ਿਆਦਾ
ਤਾਂ ਜੋ ਅਸੀਂ ਆਪਣੇ ਪਰਿਆਵਰਨ ਨੂੰ ਬਚਾ ਸਕੀਏ। ਬਿਲਕੁਲ ਜੀ, ਪਰਿਆਵਰਨ ਨੂੰ ਬਚਾਉਣ ਦਾ ਸੁਨੇਹਾ ਜਿਹੜਾ ਫਰੈਂਡਸ ਕਲੱਬ ਵੱਲੋਂ ਦਿੱਤਾ ਗਿਆ ਔਰ ਜਿਸ ਦੇ ਤਹਿਤ ਅੱਜ ਡੀਸੀਪੀ ਦਫ਼ਤਰ ਵਿਖੇ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਇਹਨਾਂ ਵੱਲੋਂ ਇਹੀ ਆਖਿਆ ਜਾ ਰਿਹਾ ਵੀ ਜਿਹੜੇ ਇਹ ਬੂਟੇ ਹੁਣ ਇੱਥੇ ਡੀਸੀਪੀ ਆਫਿਸ ਲਗਾਏ ਗਏ ਨੇ, ਆਉਣ ਵਾਲੇ ਸਮੇਂ ਅੰਦਰ ਜਿੰਨੇ ਵੀ ਅੰਮ੍ਰਿਤਸਰ ਦੇ ਥਾਣੇ ਨੇ ਉੱਥੇ ਵੀ ਸਾਰੇ ਬੂਟੇ ਜਿਹੜੇ ਉਹ ਲਗਾਏ ਜਾਣਗੇ ਤਾਂ ਜੋ ਪਰਿਆਵਰਨ ਵਾਤਾਵਰਨ ਜਿਹੜਾ ਉਹ ਹਰਿਆ ਭਰਪੂਰ ਅਤੇ ਹਰਿਆ ਭਰਿਆ ਹੋ ਸਕੇ। ਕੈਮਰਾ ਪਰਸਨ ਮੁਕੇਸ਼ ਬਾਵਾਨਾ, ਸਿਕੰਦਰ ਪਸਰੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ ਵਟਸਐਪ ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁੱਠਕਰਨੀ ਦੇ ਮਾਹਿਰ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਦਬੰਦ, ਜਾਦੂ ਟੋਣਾ, ਮਣਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ, ਮੁਹੱਬਤ, ਬਾਬਾ ਯਾਮੀਨ ਬੰਗਾਲੀ, 96435032321।